ਹੈਲੋ ਜੀ ਸਾਰਿਆਂ ਨੂੰ ਜੀ, ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਜਿਹੜੇ ਅੱਜ ਆਪਣੇ ਕੌਰ ਸੰਧੂ ਬੁਟੀਕ ਤੋਂ ਹੈ ਨਾ ਸੂਟ ਸਿਲਾਈ ਹੋਏ ਆ, ਅਤੇ ਉਹ ਸੂਟਾਂ ਦੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁੰਦੇ ਹਾਂ, ਅਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਵੀ ਕਿੱਦਾਂ ਕਿੱਦਾਂ ਅਸੀਂ ਜਿਹੜੇ ਹੈਗੇ ਸੂਟ ਸਿਲਾਈ ਕੀਤੇ ਆ, ਜਾਂ ਕਿੱਦਾਂ ਕੋਈ ਡਿਜ਼ਾਇਨ ਕੀਤੇ ਆ, ਹੈ ਨਾ, ਜਾਂ ਸਿੰਪਲ ਹੈ, ਜੋ ਵੀ ਹੈ ਆਪਾਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੁੰਦੇ ਹਾਂ। ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ। ਲਓ ਜੀ, ਆਪਣਾ ਫਸਟ ਸੂਟ ਹੈਗਾ ਆ, ਇਹ ਦੋ ਸੂਟ ਬਾਹਰੋਂ ਆਏ ਹੋਏ ਨੇ ਕਿਸੇ ਦੇ ਹੋਰ ਪਿੰਡ ਤੋਂ, ਅਤੇ ਸਾਡੇ ਪਿੰਡ ਦੇ ਨਹੀਂ ਹੈਗੇ ਇਹ। ਆਹ ਦੇਖੋ, ਇਹ ਪਲੇਨ ਸੂਟ ਹੈਗਾ ਆ, ਇਹਦੇ 'ਤੇ ਆਪਾਂ ਨੇ ਇਹ ਸਮੋਸੇ ਵਾਲੀ ਪਾਈਪਿੰਨ ਕੱਢੀ ਹੈ, ਲੇਸ ਦੀ ਪਾਈਪਿੰਨ ਕੱਢੀ ਹੈ ਇਸ ਤਰ੍ਹਾਂ, ਜਿਹੜੀ ਸਿੰਪਲ ਹੀ ਕਿਹਾ ਸੀਗਾ ਉਹਨਾਂ ਨੇ ਰੱਖਣ ਵਾਸਤੇ, ਅਤੇ ਇਸ ਤਰ੍ਹਾਂ ਆਪਾਂ ਜਿਹੜੀ ਹੈਗੀ ਗਲੇ ਦੀ ਪਾਈਪਿੰਨ ਕੱਢੀ ਹੈ। ਆਹ ਦੇਖੋ, ਬਾਹਾਂ 'ਤੇ ਕੱਢੀ ਹੈ, ਬਾਂਹ 'ਤੇ ਕੱਢੀ ਹੈਗੀ, ਅਤੇ ਇਹ ਜਾਮ ਕੋਟਨ ਦਾ ਸੂਟ ਹੈਗਾ ਆ, ਇਹ ਬਿਲਕੁਲ ਸਿੰਪਲ ਸੂਟ ਹੈਗਾ ਆ। ਅਤੇ ਬਾਕੀ ਇੱਕ ਦੂਸਰਾ ਵਾਲਾ ਉਹਨਾਂ ਦਾ ਸੂਟ ਹੈਗਾ ਇਹ ਵਾਲਾ ਜੀ, ਇਹ ਵੀ ਜਾਮ ਦਾ ਸੂਟ ਹੈਗਾ ਆ, ਇਹ ਵੀ ਆਪਾਂ ਨੇ ਸਿੰਪਲ ਰੱਖਿਆ। ਆਹ ਦੇਖੋ, ਇਹ ਤਾਂ ਜਿਹੜੀ ਇਹ ਵਾਲੀ ਲੇਸ ਲਾਈ ਆ, ਉਹਨਾਂ ਦੇ ਜਿਹੜੇ ਹੈਗੇ ਚੁੰਨੀ ਦੁਪੱਟਾ ਹੈਗਾ ਸੀਗਾ ਕੋਲ, ਉਹਦੇ ਨਾਲ ਇਹ ਵਾਲੀ ਇਕੱਲੀ ਲੇਸ ਸੀਗੀ, ਫਿਰ ਇਹਦੇ ਨਾਲ ਮੈਂ ਪਾਈਪਿੰਨ ਲੈਸ ਦੀ ਪਾਈਪਿੰਨ ਬਣਾ ਕੇ ਇੱਧਰਲੇ ਪਾਸੇ ਕੱਢਤੀ, ਕਿਉਂਕਿ ਇੱਧਰੋਂ ਬਿਲਕੁਲ ਸਿੰਪਲ ਜੀ ਲੱਗਦੀ ਸੀਗੀ, ਨੀਚੇ ਤਾਂ ਜਿਹੜਾ ਹੈਗਾ ਇਹਦੇ ਕਟਾਮ ਆ ਗਏ ਸੀਗੇ, ਉੱਪਰੋਂ ਸਿੰਪਲ ਸੀਗੀ, ਇਹ ਅਸੀਂ ਨਾਲ ਅਟੈਚ ਕੀਤੀ ਹੈ ਪਾਈਪਿੰਨ ਬਣਾ ਕੇ ਲੈਸ ਦੀ। ਆਹ ਦੇਖੋ, ਜਿੱਦਾਂ ਕਿ ਸਿੰਪਲ ਇਹ ਗਲੇ 'ਤੇ ਲਾਈ ਹੋਈ ਹੈ, ਗੋਲ ਗਲਾ ਰੱਖ ਕੇ ਸਿੰਪਲ ਇਹ ਲਾਈ ਹੋਈ ਹੈ, ਪਾਈਪਿੰਨ ਕੱਢੀ ਹੋਈ ਹੈ, ਅਤੇ ਇੱਦਾਂ ਹੀ ਆਪਾਂ ਬਾਹਾਂ 'ਤੇ ਰੱਖੀ ਹੈ, ਸਿੰਪਲ ਜੇ ਸੂਟ ਹੈਗੇ ਆ। ਇਹ ਦੋ ਸੂਟ ਇੱਕ ਭੈਣ ਦੇ ਹੈਗੇ ਆ, ਇਹਨਾਂ ਦੇ ਨਾਲ ਸਲਵਾਰਾਂ ਸਿੰਪਲ ਰੱਖੀਆਂ ਹੋਈਆਂ ਨੇ ਬਿਲਕੁਲ ਜੀ। ਇੱਕ ਦੋ ਸੂਟ ਹੈਗੇ ਨੇ ਜੀ ਇਹ ਵਾਲੇ, ਇਹ ਬਿਲਕੁਲ ਸਿੰਪਲ ਸੂਟ ਹੈ, ਇਹ ਜਿਵੇਂ ਕਿ ਹੈ ਨਾ ਗਰਮੀ ਵਾਲੇ ਸੂਟ ਹੈਗੇ ਆ। ਇਹ ਦੇਖੋ, ਇਹਦੇ 'ਤੇ ਜਿਹੜੇ ਹੈਗੇ ਕਟਾਮ ਕਰਾਏ ਹੋਏ ਆ, ਦੇਖੋ ਜਿੱਦਾਂ ਕਿ ਕੈਮਰਿਕ ਦਾ ਸੂਟ ਹੈ ਨਾ, ਜਿੱਦਾਂ ਦਾ ਦੁਪੱਟਾ ਹੁੰਦਾ ਆ ਉੱਦਾਂ ਦੇ ਕਟਾਮ ਕਰਾਏ ਹੋਏ ਆ। ਦੇਖੋ, ਆਹ ਦੇਖੋ, ਬਾਹਾਂ 'ਤੇ ਵੀ ਕਟਾਮ ਕਰੇ ਆ। ਇਹ ਜਿਹੜਾ ਹੈਗਾ ਵਰਕ ਆਪਾਂ ਕਰਵਾ ਕੇ ਵੀ ਦਿੰਦੇ ਹਾਂ ਜੀ, ਜਿੱਦਾਂ ਮਰਜ਼ੀ ਤੁਸੀਂ ਕੋਟਨ ਵਗੈਰਾ ਦੇ ਸੂਟਾਂ 'ਤੇ ਵਰਕ ਕਰਵਾ ਸਕਦੇ ਹੋ। ਇਹ ਜਿਹੜਾ ਹੈਗਾ ਬਾਕੀ ਸੂਟ ਸਿੰਪਲ ਹੈਗਾ ਆ, ਇਹ ਦੋ ਸੂਟ ਸਿੰਪਲ ਹੈਗੇ। ਉਦੋਂ ਅਗਲੇ ਸੂਟ ਆ ਗਏ ਜੀ ਇਹ ਵਾਲੇ, ਇਹ ਵੀ ਬਿਲਕੁਲ ਸਿੰਪਲ ਸੂਟ ਆ, ਇਹਨਾਂ ਦਾ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ। ਇਹ ਜਿਹੜੀ ਹੈਗੀ ਸਲਵਾਰ ਆ, ਇਹ ਮੇਰੀ ਮੰਮੀ ਦੇ ਸੂਟ ਨੇ ਜੀ, ਉਰੇ ਵਾਲੀ ਮੰਮੀ ਦੇ, ਸੱਸ ਦੇ ਜਾਣੀ ਕਿ। ਇਹ ਦੇਖੋ, ਇਹ ਉਹ ਜਿਹੜਾ ਹੈਗਾ ਖੁੱਲ੍ਹੇ ਘੇਰੇ ਦੀ ਸਲਵਾਰ ਹੀ ਪਾਉਂਦੇ ਆ, ਅਤੇ ਬੜੇ ਘੇਰੇ ਦੀ ਸਲਵਾਰ ਪਾਉਂਦੇ ਨੇ, ਬਲਾ ਵਾਲੀ ਨਹੀਂ ਪਾਉਂਦੇ। ਇਹ ਉਹਨਾਂ ਦੇ ਸੂਟ ਹੈਗੇ ਆ, ਇਹਦੀ ਵੀ ਆਪਾਂ ਤੁਹਾਨੂੰ ਕਟਿੰਗ ਦੇ ਸਕਦੇ ਹਾਂ ਜੇ ਤੁਸੀਂ ਦੇਵਾਂਗੇ ਇੱਕ ਦਿਨ ਕਟਿੰਗ। ਦੇਖੋ, ਜਿਹੜਾ ਹੈਗਾ ਆਸਣ ਵੀ ਬੜਾ ਹੀ ਹੁੰਦਾ ਉਹਨਾਂ ਦਾ, 12 ਇੰਚ ਦਾ ਆਸਣ ਹੁੰਦਾ ਆ, ਕਿਉਂਕਿ ਇਹ ਬੈਲਟ ਵਾਲੀ 'ਤੇ ਆਸਣ ਘੱਟ ਰਹਿ ਜਾਂਦਾ। ਇਹ ਬਿਲਕੁਲ ਜਿਹੜੇ ਹੈਗੇ ਸਿੰਪਲ ਸੂਟ ਪਾਉਂਦੇ ਆ, ਇਹ 3-4 ਸੂਟ ਉਹਨਾਂ ਦੇ ਹੀ ਆ। ਜਿਹੜੇ ਕਮੀਜ਼ ਉਹ ਕਿੱਦਾਂ ਪਾਉਂਦੇ ਆ, ਹੈ ਨਾ, ਉਹ ਵੀ ਆਪਾਂ ਦਿਖਾਉਣੇ ਆ ਤੁਹਾਨੂੰ। ਉਹਨਾਂ ਦਾ ਜ਼ਿਆਦਾ ਲੈਂਥ ਨਹੀਂ ਹੁੰਦੀ ਹੈਗੀ ਕਮੀਜ਼ ਦੀ, ਕਿਉਂਕਿ ਠੀਕ ਜਿਹੀ ਉਹ ਜ਼ਿਆਦਾ ਨੀਵਾਂ ਨਹੀਂ ਪਾਉਂਦੇ ਹੈਗੇ। ਦੇਖੋ, ਗਲੇ 'ਤੇ ਜਿਹੜੀ ਹੈਗੀ ਉਹ ਇਸ ਤਰ੍ਹਾਂ ਜਿੱਦਾਂ ਆਪਾਂ ਬਾਹਰ ਕੱਢ ਕੇ ਰੇਵ ਲੀਰ ਲਾਉਣੇ ਆ, ਹੈ ਨਾ, ਕੋਰਜ ਹੀ ਲਾਉਣੇ ਆ, ਉੱਦਾਂ ਹੀ ਉਹ ਗਲਾ ਪਾਉਂਦੇ ਆ। ਦੂਸਰਾ ਜਿਹੜਾ ਆਪਾਂ ਗਲਾ ਬਣਿਆ ਹੋਇਆ ਪਾਉਂਦੇ ਆ ਰੈਡੀਮੇਡ ਗਲਾ, ਉਹ ਨਹੀਂ ਪਾਉਂਦੇ ਹੈਗੇ। ਪਲੋਈਆਂ ਵੀ ਉਹਨਾਂ ਦੇ ਸੂਟ ਦੇ ਵਿੱਚ ਦੇਖੋ 2-2 ਪਲੋਈਆਂ ਹੁੰਦੀਆਂ ਨੇ,
ਪਲੇਟਾਂ ਜਿਹੜੀਆਂ ਹੈਗੀਆਂ ਦੋ ਦੋ ਪਾਉਂਦੇ ਆ, ਦੋ ਇੱਧਰ, ਚਾਰ ਚਾਰ ਪਲੇਟਾਂ ਹੁੰਦੀਆਂ ਉਹਨਾਂ ਦੇ। ਇਹ ਸੂਟਾਂ ਦੀਆਂ ਤਾਂ ਮੈਂ ਪਾਉਣੀਆਂ ਬਾਹਵਾਂ ਕਰੀਆਂ ਨੇ। ਇਹ ਦੋ ਸੂਟ ਘਰੇ ਪਾਉਣ ਵਾਲੇ ਆ ਉਹਨਾਂ ਦੇ, ਇਹ ਦੋ ਸੂਟ ਜਾਣ ਆਉਣ ਵਾਲੇ ਆ ਉਹਨਾਂ ਦੇ। ਵੈਸੇ ਤਾਂ ਉਹ ਕੱਫ ਵਾਲੀ ਬਾਂਹ ਪਾਉਂਦੇ ਆ, ਅਤੇ ਘਰੇ 'ਚ ਕਿਉਂਕਿ ਜਦੋਂ ਕੰਮ ਵਗੈਰਾ ਕਰਦੇ ਨੇ ਨਾ, ਭਾਂਡੇ ਵਗੈਰਾ ਮਾਂਜਦੇ ਨੇ, ਫਿਰ ਉਹਨਾਂ ਨੂੰ ਚਾੜ੍ਹਨੀ ਪੈਂਦੀ ਆ ਉੱਪਰ ਫੋਲਡ ਕਰਕੇ। ਇਹਨਾਂ ਦੀ ਮੈਂ ਪਾਉਣੀ ਬਾਂਹ ਰੱਖਤੀ, ਅੱਗੇ ਮੰਮੀ ਨੇ ਕਦੇ ਨਹੀਂ ਪਾਉਣੀ ਬਾਂਹ ਪਾਈ, ਹੁਣ ਪਹਿਲੀ ਵਾਰ ਉਹਦੀਆਂ ਪਾਉਣੀਆਂ ਬਾਹਾਂ ਕਰੀਆਂ ਨੇ। ਇੱਕ ਉਹ ਗੀਜਾ ਲਵਾਉਂਦੇ ਹੁੰਦੇ ਆ ਸੂਟ ਨੂੰ, ਆਹ ਦੇਖੋ ਮੈਂ ਗੀਜਾ ਵੀ ਲਾਤਾ, ਕਿਉਂਕਿ ਘਰੇ ਕੋਈ ਮਾੜਾ ਮੋਟਾ ਹੈ ਨਾ ਹੁੰਦਾ ਹੀ ਹੈ। ਚਲੋ ਬਾਹਰ ਜਾਣ ਵਾਸਤੇ ਤਾਂ ਜਿਹੜਾ ਹੈਗਾ ਅੰਡਰ ਸ਼ਰਟਾਂ ਬਣਾਈਆਂ ਹੋਈਆਂ ਨੇ, ਅੰਡਰ ਸ਼ਰਟਾਂ ਪਾ ਲੈਂਦੇ ਨੇ, ਉਹ 'ਤੇ ਜੇਬ ਵਗੈਰਾ ਲੱਗੀ ਹੋਈ ਹੈ। ਜਿੱਦਾਂ ਦੂਜੇ ਵਧੀਆ ਸੂਟਾਂ 'ਤੇ ਜਾਣ ਆਉਣ ਵਾਲਿਆਂ 'ਤੇ ਨਹੀਂ ਗੀਜਾ ਲਾਉਂਦੀ ਹੁੰਦੀ ਮੈਂ, ਜਿਹੜੇ ਉਹਨਾਂ ਦੇ ਘਰ ਪਾਉਣ ਵਾਲੇ ਹੁੰਦੇ ਨੇ ਉਹਨਾਂ ਦੇ ਉੱਪਰ ਗੀਜਾ ਲਾ ਦਿੰਦੇ ਹੁੰਦੇ ਹਾਂ, ਤਾਂ ਕਿ ਜਿਹੜਾ ਹੁੰਦਾ ਜੀ ਘਰ ਹੈ ਨਾ ਬੁੜੀਆਂ ਕੋਲ ਹੁੰਦਾ ਕੋਈ 10-15 ਲੋੜ ਪੈ ਜਾਂਦੀ ਹੈ, ਅਤੇ ਉਹਦੇ ਕਰਕੇ ਉਹ ਗੀਜਾ ਵੀ ਲਵਾਉਂਦੇ ਹੁੰਦੇ ਆ। ਇਹ ਉਹਨਾਂ ਦੇ ਦੋ ਸਿੰਪਲ ਸੂਟ ਆ ਗਏ, ਇਹ ਸੂਟ ਆ ਗਿਆ ਉਹਨਾਂ ਦਾ ਜਾਣ ਆਉਣ ਵਾਲਾ। ਦੇਖੋ ਮੂਰੀ ਦਾ ਕਰੀ ਦਾ ਵੀ ਨਹੀਂ ਪਤਾ ਲੱਗਦਾ, ਬਹੁਤ ਜ਼ਿਆਦਾ ਸੋਹਣੀ ਜਿਹੜੀ ਹੈਗੀ ਸਫਾਈ ਹੈਗੀ ਆ ਸੂਟ ਦੇ ਉੱਤੇ ਬਣਾਈ ਹੋਈ, ਇਹਨਾਂ ਦੇ ਉੱਪਰ ਮੈਂ ਪ੍ਰੈੱਸ ਕਰੀ ਹੈ। ਬਾਕੀ ਦੇਖੋ ਉਹ ਜਿਹੜੀ ਹੈਗੀ ਨੀ ਕੱਫ ਵਾਲੀ ਬਾਂਹ ਪਾਉਂਦੇ ਆ, ਆਹ ਦੇਖੋ ਜਿੱਦਾਂ ਇਹ ਰੇਵਲੀਰ ਹੈ ਉਹ 'ਤੇ ਤਾਂ ਮੈਂ ਸਿਲਾਈ ਲਾਤੀ ਸੀਗੀ, ਮੈਂ ਕਿਹਾ ਚਲੋ ਘਰ ਹੀ ਪਾਉਣਾ ਹੈਗਾ, ਇਹ ਤਾਂ ਸਿਲਾਈ ਲਾਤੀ ਤੀ, ਪੂਰੀ ਫਿਨਿਸ਼ਿੰਗ ਨਾਲ ਸਿਲਾਈ ਲੱਗੀ ਹੋਈ ਹੈ, ਇੱਦਾਂ ਨਹੀਂ ਹੈਗਾ, ਦੇਖੋ ਪੂਰੀ ਸਫਾਈ ਨਾਲ। ਇਹਦੇ 'ਤੇ ਜਿਹੜਾ ਹੈਗਾ ਇਹ ਜਾਣ ਆਉਣ ਵਾਲਾ ਜੀ, ਬਾਹਰ ਅੰਦਰ ਦੇਖੋ ਤਰਪਾਈ ਕਰੀ ਹੋਈ ਹੈ ਪੂਰੀ ਵਧੀਆ ਗੋਠ ਜੀ ਬਣਾ ਕੇ, ਕਿਉਂਕਿ ਮੰਮੀ ਵੀ ਨਹੀਂ ਪਾਉਂਦੇ ਹੈਗੇ, ਜੇ ਮਾੜਾ ਜਿਹਾ ਉਹਨਾਂ ਨੂੰ ਨੁਕਸ ਦਾ ਪਤਾ ਲੱਗ ਜੇ ਫਿਰ ਬਸ ਕਹਿਣਗੇ ਸੈੱਟ ਕਰ ਦੇ, ਅਤੇ ਕਿਉਂਕਿ ਕਦੇ ਪਿਆ ਵੀ ਨਹੀਂ ਹੈਗਾ ਜੀ ਨੁਕਸ। ਦੇਖੋ ਪੂਰੀ ਵਧੀਆ ਕਿੰਨੀ ਸੋਹਣੀ ਗੋਠ ਵਾਲੀ ਲੀਰ ਲੱਗੀ ਹੋਈ ਹੈ, ਮੈਂ ਆਪਣੇ ਸੂਟਾਂ 'ਤੇ ਵੀ ਕਈ ਵਾਰੀ ਲਾਈ ਹੈਗੀ। ਦੇਖੋ ਦੋ ਦੋ ਪਲੋਈਆਂ, ਇਹ ਤਾਂ ਸਾਫ਼ ਕਰਕੇ ਜ਼ਿਆਦਾ ਦਿਖਦੀਆਂ ਨੇ, ਉਹ ਤਾਂ ਪ੍ਰਿੰਟ ਕਰਕੇ ਨਹੀਂ ਸੀ ਦਿਖਦੀਆਂ। ਆਹ ਦੇਖੋ ਦੋ ਦੋ ਪਲੋਈਆਂ ਪਾਉਂਦੇ ਪਵਾਈਆਂ ਨੇ ਉਹਨਾਂ ਨੇ। ਆਹ ਦੇਖੋ ਬਾਂਹ ਜਿਹੜੀ ਹੈਗੀ ਕੱਫ ਵਾਲੀ ਤਿਆਰ ਕੀਤੀ ਹੈ। ਕੱਫ ਜਿਹੜਾ ਹੈਗਾ ਮੈਂ ਜ਼ਿਆਦਾ ਚੌੜਾ ਨਹੀਂ ਲਾਉਂਦੀ ਹੁੰਦੀ ਜੀ ਮੰਮੀ ਦੇ, ਕਿਉਂਕਿ ਜਿਹੜਾ ਹੈਗਾ ਜੈਂਟਸ ਦੇ ਜ਼ਿਆਦਾ ਕੱਫ ਚੌੜਾ ਸੋਹਣਾ ਲੱਗਦਾ, ਲੇਡੀਜ਼ ਦੇ ਨਹੀਂ ਵਧੀਆ ਲੱਗਦਾ। ਇਹ ਵਲ ਵੀ ਜਿਹੜੇ ਅਸੀਂ ਪਾਏ ਹੋਏ ਨੇ ਮੰਮੀ ਦੇ, ਜਿਹੜੇ ਪਹਿਲਾਂ ਟੇਲਰ ਤੋਂ ਬਣਵਾਉਂਦੇ ਹੁੰਦੇ ਸੀਗੇ ਸੂਟ, ਉਹ ਵਲ ਐਂ ਚੱਕ ਕੇ ਪਾਏ ਹੋਏ ਸੀਗੇ ਜਿੱਦਾਂ ਆਪਾਂ ਸਲਵਾਰ ਦੇ ਵਿੱਚ ਪਾਉਣੇ ਹੁੰਦੇ ਹਾਂ, ਮੈਂ ਜਿਹੜਾ ਹੈਗਾ ਤਾਗਾ ਖਿੱਚ ਕੇ ਵਲ ਪਾਏ ਨੇ। ਦੇਖੋ ਕਿੰਨੇ ਸੋਹਣੇ ਲੱਗਦੇ ਆ, ਬਰੀਕ ਬਰੀਕ ਵਲ, ਮੈਂ ਤਾਗਾ ਖਿੱਚ ਕੇ ਹੀ ਪਾਉਣੀ ਹੁੰਦੀ ਹਾਂ ਕੱਫ ਵਾਲੇ ਵਲ, ਅਤੇ ਇਹਦੇ ਉੱਤੇ ਹਜੇ ਬਟਨ ਲਾਉਣਾ। ਆਹ ਦੇਖੋ ਇੱਦਾਂ ਬਟਨ ਲੱਗੇਗਾ, ਇਹਦੇ ਉੱਪਰ ਮੈਂ ਬਟਨ ਲਾ ਤੇ, ਚਾਰ ਸੂਟ ਹੈਗੇ ਆ ਇਹ ਮੰਮੀ ਦੇ। ਆਹ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਬਟਨ ਲਾ ਦਿੰਦੀ ਹੁੰਦੀ ਹਾਂ ਮੈਂ, ਫਿਰ ਬਟਨ ਖੋਲ੍ਹ ਕੇ ਉੱਪਰ ਵੀ ਕਰ ਸਕਦੇ ਹਾਂ ਬਾਂਹ, ਕਿਉਂਕਿ ਇਹ ਥੋੜ੍ਹੇ ਜਿਹੇ ਐਂ ਜੀ ਬਾਹਰ ਅੰਦਰ ਪਾਉਣ ਵਾਲੀ ਸੂਟ ਨੇ। ਇਹ ਤਿੰਨ ਸੂਟ ਹੀ ਦਿੱਤੇ ਸੀਗੇ ਮੰਮੀ ਕੋਲ ਹੈਗੇ ਸੀਗੇ ਬਣਵਾਉਣ ਵਾਸਤੇ, ਅਤੇ ਇਹ ਜਿਹੜਾ ਚੌਥਾ ਸੂਟ ਮੈਂ ਆਪਣੇ ਕੋਲੋਂ ਬਣਾਤਾ ਜੀ, ਇਹ ਮੈਨੂੰ ਸੋਹਣਾ ਲੱਗਿਆ, ਮੈਂ ਲੈ ਕੇ ਆਈ ਸੀਗੀ ਕੱਪੜੇ, ਇਹ ਮੈਨੂੰ ਬਹੁਤ ਸੋਹਣਾ ਲੱਗਿਆ, ਫਿਰ ਮੈਂ ਮੰਮੀ ਦਾ ਇਹ ਵੀ ਬਣਾਤਾ ਇੱਕ, ਮੈਂ ਕਿਹਾ ਚਲੋ ਵਧੀਆ ਲੱਗਦਾ। ਪ੍ਰਿੰਟ ਮੈਨੂੰ ਬਹੁਤ ਸੋਹਣਾ ਲੱਗਿਆ, ਲਾਈਟ ਜਿਹਾ ਕਲਰ ਸੀ, ਕੱਪੜਾ ਵੀ ਬਹੁਤ ਜਿਹੜਾ ਹੈਗਾ ਸੌਫਟ ਸੀਗਾ। ਅਤੇ ਇਹ ਚਾਰ ਸੂਟ ਮੰਮੀ ਦੇ ਹੈਗੇ ਆ, ਕਿਉਂਕਿ ਮੰਮੀ ਨੇ ਜਾਣਾ ਜੀ, ਉਹਨਾਂ ਨੂੰ ਵੀ ਜਿਹੜੇ ਜਲਦੀ ਚਾਹੀਦੇ ਸੀਗੇ। ਇਹ ਜਿਹੜੇ ਹੈਗੇ ਇਹ ਸਿੰਪਲ ਰੱਖੇ ਹੋਏ ਆ ਜੀ, ਤਿੰਨ ਸੂਟ, ਚਾਰ ਸੂਟ ਆ ਬਿਲਕੁਲ ਸਿੰਪਲ ਸਿਉਂਤੇ ਹੋਏ ਨੇ। ਇੱਕ ਇਹ ਸੂਟ ਹੈ, ਇਹ ਜੋਰਜੱਟ ਦਾ ਸੂਟ ਹੈ, ਇਹ ਵੀ ਬਿਲਕੁਲ ਸਿੰਪਲ ਸਿਉਂਤਾ ਹੋਇਆ, ਸਿੰਪਲ। ਵੈਸੇ ਜਿਹੜਾ ਹੈਗਾ ਲਾਈਨਿੰਗ ਲੱਗੀ ਹੋਈ ਹੈ ਜੋਰਜੱਟ ਦਾ, ਇਹਦੇ ਵਿੱਚ ਟਾਪਟਾ ਲੱਗਿਆ। ਇਹ ਸਲਵਾਰ ਦੇ ਵਿੱਚ ਅਸੀਂ ਸਿੰਪਲ ਲਾਈਨਿੰਗ ਲਾਈ ਹੋਈ ਹੈ, ਸਿੰਪਲ ਲਾਈਨਿੰਗ ਲਾਈ ਹੋਈ ਹੈ ਦੇਖੋ ਜੀ। ਇਹ ਆਪਣੇ ਜਿਹੜੇ ਹੈਗੇ 12-13 ਸੂਟ ਹੈਗੇ ਆ ਜਿਹੜੇ ਅੱਜ ਜਾਣੇ ਆ, ਅਤੇ ਹੁਣ ਮੈਂ ਇਹਨਾਂ ਨੂੰ ਪ੍ਰੈੱਸਾਂ ਹੋ ਗਈਆਂ ਸੀਗੀਆਂ, ਹੁਣ ਮੈਂ ਇਹਨਾਂ ਨੂੰ ਪੈਕ ਕਰਨ ਲੱਗੀ ਹਾਂ।
ਕਿਉਂਕਿ ਆਪਾਂ ਨੇ ਅੱਜ ਇਹ ਸੂਟ ਦੇਣੇ ਆ, ਚਲੋ ਇਹ ਤਾਂ ਮੰਮੀ ਦੇ ਵੀ ਦੇ ਦਾਂਗੇ, ਮੰਮੀ ਨੇ ਵੀ ਜਾਣਾ ਹੈਗਾ ਕਿਤੇ ਰਿਸ਼ਤੇਦਾਰੀ 'ਚ ਜਾ ਕੇ ਆਉਣਾ, ਅਤੇ ਉਹਨਾਂ ਦੇ ਵੀ ਫੜਾ ਦਾਂਗੇ। ਬਾਕੀ ਜਿਹੜੇ ਬਾਹਰੋਂ ਆਏ ਹੋਏ ਆ ਹੈ ਨਾ, ਹੋਰ ਪਿੰਡ ਦੇ ਵਿੱਚ ਆਏ ਹੋਏ, ਉਹ ਵੀ ਕੱਪੜੇ ਫੜਾਉਣੇ। ਬਾਕੀ ਸਿੰਪਲ ਸੂਟ ਹੋਰ ਵੀ 4-5 ਸੂਟ ਪਏ ਆ, ਉਹਨਾਂ 'ਤੇ ਜਦੋਂ ਆ ਗਈਆਂ ਕੁੜੀਆਂ ਉਹਨਾਂ ਤੋਂ ਪ੍ਰੈੱਸ ਕਰਵਾਉਣੇ ਆ, ਉਹ ਵੀ ਤਿਆਰ ਕਰਕੇ ਦੇਣੇ ਆ, ਉਹ ਸ਼ਾਮ ਤੱਕ ਦੇਣੇ ਆ। ਚਲੋ ਇਹ ਅੱਜ ਟਾਈਮ ਦਿੱਤਾ ਹੋਇਆ ਸੀਗਾ, ਅਗਲਾ ਕਦੇ ਵੀ ਆ ਸਕਦਾ, ਸਵੇਰ ਦੀ ਉਹ ਤਰੀਕ ਦਿੱਤੀ ਹੋਈ ਸੀਗੀ। ਅਤੇ ਬਾਕੀ ਕੁੜਤੇ ਪਜਾਮੇ ਸਿਉਂਤੇ ਨੇ 3-4 ਜੀ, ਜਿੱਦਾਂ ਕਿ ਸਿੰਪਲ ਹੈ ਨਾ, ਕੁੜਤੇ ਪਜਾਮੇ ਵੀ ਸਿਉਂਤੇ ਨੇ। ਵੈਸੇ ਅਸੀਂ ਕੁੜਤੇ ਪਜਾਮੇ ਬਹੁਤ ਘੱਟ ਫੜਦੇ ਹਾਂ, ਚਲੋ ਬਣਾਉਣੇ ਵੀ ਪੈਂਦੇ, ਘਰ ਦੇ ਵੀ ਬਣਾਉਣੇ ਸੀਗੇ ਕੁੜਤੇ ਪਜਾਮੇ, ਫਿਰ ਉਹ ਵੀ ਚਲੋ ਜ਼ਰੂਰੀ ਹੈ। ਬਾਕੀ ਹੁਣ ਆਪਣੇ ਕੋਲ ਜਿਹੜੇ ਹੈਗੇ ਕਾਰੀਗਰ ਵੀ ਹੈਗੇ ਆ, ਵਾਧੂ ਕਾਰੀਗਰ ਹੈਗੇ ਆ, ਕੰਮ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਕੰਮ ਨਿਬੜਦਾ। ਕੰਮ ਹੈਗਾ ਵੀ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਕੰਮ ਹੈ, ਬਹੁਤ ਜ਼ਿਆਦਾ ਕੰਮ ਹੈ। ਕੰਮ ਹਜੇ ਵੀ, ਹੁਣ ਵੀ ਮੈਂ ਰਾਤ ਵੀ ਸੂਟ ਕਟਿੰਗ ਕਰੇ, 4-5 ਸੂਟ ਕਟਿੰਗ ਕਰੇ, ਅਤੇ ਫਿਰ ਚਲੋ ਮੈਂ ਹੁਣ ਫਿਰ ਸੂਟ ਕਟਿੰਗ ਕਰਦੀ ਹਾਂ। ਮੇਰੀ ਤਾਂ ਜ਼ਿਆਦਾਤਰ ਕਟਿੰਗ ਕਰਨ ਅਤੇ ਸ਼ਰਟ ਬਣਾਉਣ 'ਤੇ ਹੀ ਹੁੰਦਾ, ਬਾਕੀ ਆਪੇ ਸਾਂਭ ਲੈਂਦੀਆਂ ਨੇ ਕੁੜੀਆਂ, ਸਾਂਭਦੇ ਨੇ ਸਾਰੇ ਕੰਮ। ਅਤੇ ਚਲੋ ਜੀ, ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲਦਾ, ਪਰਮਾਤਮਾ ਕਰੇ ਸਭ ਦਾ ਹੀ ਹੈ ਨਾ ਇੱਦਾਂ ਹੀ ਕੰਮ ਚੱਲਦਾ ਰਹੇ। ਚਲੋ ਜੀ, ਹੁਣ ਆਪਾਂ ਇਹ ਸਾਰੇ ਸੂਟ ਜਿਹੜੇ ਹੈਗੇ ਨੇ ਅਲੱਗ ਅਲੱਗ ਪਾ ਦਾਂਗੇ, ਜਿਵੇਂ ਜਿਵੇਂ ਦੇਣੇ ਆ। ਇਹ 4 ਸੂਟ ਇੱਕ ਘਰ ਦੇ ਆ, ਇਹਨਾਂ ਨੂੰ ਇਕੱਠੇ ਕਰ ਦਾਂਗੇ। ਅਤੇ ਜਿਹੜੇ ਹੈਗੇ ਨੇ ਇਹ 2 ਸੂਟ ਇੱਕ ਘਰ ਦੇ ਆ। ਚਲੋ ਜੀ, ਆਪਾਂ ਇੱਥੇ ਵੀਡੀਓ ਦਾ ਐਂਡ ਵੀ ਕਰਦੇ ਹਾਂ। ਆਪਣੀ ਇੰਸਟਾਗ੍ਰਾਮ ਆਈ ਡੀ ਹੈਗੀ ਹੈ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ਆਈ ਡੀ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ।